चरण की होवे रहा सत तू साधन तेरे चरण की होए रहा सत दूर नानक शरण देखो सदा दूर अंदर सच्चा नेह लाया प्रीतम अपने तन मन होए निहाल जाकर देखा सामने अखो सतनाम सिरिवाहे फिर आखो सतनाम सिरिवाहे गुरु सब निश्चय करके आखो सतनाम सिरिवाहे गुरु कोई आन मिलावे मेरा प्रीतम प्यारा कोई आन मिलावे मेरा प्रीतम प्यारा कोई आन मिलावे मेरा आप जाई
ਜੀ ਹਰਿਗੁਰ ਸਾਹਿਬ ਸੰਗਤ ਜੀ ਉਸ ਨੰਬਰ ਫਤਿਹ ਪ੍ਰਵਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਰਮ ਪਵਿੱਤਰ ਗੋਦ ਵਿੱਚ ਬੈਠ ਕੇ ਮਾਲਕ ਜੀ ਦੇ ਬਖਸ਼ੇ ਹੋਏ ਸਮੇਂ ਤੇ ਸਵਾਸਾਂ ਦਾ ਲਾਹਾ ਲੈ ਰਹੇ ਹੋ। ਅਤ ਵੱਡ ਭਾਗੇ ਹੋ, ਸੰਸਾਰ ਦੇ ਧੰਦੇ ਧੰਦਾਰਾਂ ਤੋਂ ਵਿਹਲੇ ਹੋ ਕੇ ਗੁਰੂ ਚਰਨਾਂ ਵਿੱਚ ਹਾਜ਼ਰੀ ਲਗਵਾਈ ਹੈ। ਤਨ ਦੀ ਤੇ ਹਾਜ਼ਰੀ ਲੱਗੇ, ਮਨ ਨੂੰ ਹਾਜ਼ਰ ਕਰੀਏ, ਕਿਉਂਕਿ ਸੌਦਾ ਸਾਰਾ ਹੀ ਮਨ ਦਾ ਹੈ। ਮਨੁੱਖ ਦੇ ਅੰਦਰ ਜਿਹੜੇ ਵਿਚਾਰ ਦੌੜਦੇ ਨੇ, ਖਿਆਲਾਂ ਦੀ ਦੁਨੀਆ ਹੈ ਨਾ, ਖਿਆਲ ਦੌੜਦੇ ਨੇ ਇਸ ਦੇ ਅੰਦਰ, ਉਸ ਨੂੰ ਇਕੱਤਰ ਕਰ ਲਈਏ, ਉਸ ਨੂੰ ਬਾਣੀ ਮਨ ਕਹਿੰਦੀ ਹੈ। ਫਿਰ ਬੇਨਤੀ ਸੁਣਨੀ, ਤੁਸੀਂ ਕਹਿੰਦੇ ਹੋ ਮਨ ਟਿਕਦਾ ਨਹੀਂ, ਖਿਆਲ ਟਿਕਦੇ ਨਹੀਂ ਅੰਦਰ, ਤੂਫਾਨ ਮਚਾਇਆ ਹੋਇਆ ਅੰਦਰ, ਇਹਨਾਂ ਖਿਆਲਾਂ ਨੂੰ ਇਕੱਠੇ ਕਰ ਲਈਏ ਤੇ ਬਾਣੀ ਉਸਨੂੰ ਮਨ ਕਹਿ ਕੇ ਪੁਕਾਰਦੀ ਹੈ। ਹੁਣ ਇਹ ਖਿਆਲ ਕਿਸੇ ਪ੍ਰਤੀ ਨੇ, ਉਸਦੀ ਸੋਝੀ ਅੰਦਰ ਜਿਹੜੀ ਐਨਰਜੀ ਦੇ ਰਹੀ ਹੈ, ਉਸਨੂੰ ਬਾਣੀ ਬੁੱਧੀ ਕਰਕੇ ਕਹਿ ਰਹੀ ਹੈ, ਜਿਸ ਨੂੰ ਤੁਸੀਂ ਸੋਚ ਕਹਿੰਦੇ ਹੋ। ਇਹ ਸੋਚ ਅੰਦਰੋਂ ਦੱਸਦੀ ਹੈ ਬਈ ਇਹ ਤੇਰੇ ਜਿਹੜੇ ਖਿਆਲ ਨੇ ਉਹਨਾਂ ਦੀ ਪੂਰਤੀ ਹੋ ਸਕਦੀ ਹੈ, ਪਰ ਇਹ ਬੁੱਧੀ ਪੂਰਤੀ ਕਰਦੀ ਨਹੀਂ, ਇੰਨੀ ਇਹਦੇ ਸਮਰੱਥਾ ਨਹੀਂ ਵੀ ਇੱਛਾ ਪੂਰਤੀ ਇਹ ਬੁੱਧ ਕਰ ਸਕੇ। ਜਿਸ ਨੂੰ ਤੁਸੀਂ ਯਾਦਾਂ ਕਹਿੰਦੇ ਹੋ, ਜਿਹੜਾ ਚੀਜ਼ ਯਾਦ ਵਿੱਚ ਰਹਿੰਦੀ ਹੈ ਉਹ ਅਮਰ ਹੈ, ਜਿਹੜੀ ਤੁਹਾਡੀ ਯਾਦ ਵਿੱਚੋਂ ਵਿਸਰ ਜਾਂਦੀ ਹੈ ਉਹ ਮਰ ਜਾਂਦੀ ਹੈ, ਭਾਵੇਂ ਕੋਈ ਜਿਉਂਦਾ ਹੀ ਕਿਉਂ ਨਾ ਹੋਵੇ। ਤੁਹਾਡੇ ਚੇਤੇ ਚੋਂ ਉਹ ਜਿਹੜੀਆਂ ਯਾਦਾਂ ਨੇ ਉਸਨੂੰ ਸਤਿਗੁਰ ਚਿੱਤ ਕਹਿ ਕੇ ਪੁਕਾਰਦੇ ਨੇ। ਬੇਨਤੀ ਕਰਾਂ, ਸ਼ਾਇਦ ਗੱਲ ਸਮਝ ਆ ਜਾਏ।
ਇਹ ਮਨ ਬੁੱਧ ਤੇ ਚਿੱਤ ਦਾ ਜਿਹੜਾ ਖੇਲ ਹੈ, ਮਨੁੱਖ ਸੰਸਾਰ ਤੇ ਨਾ ਵੀ ਜਿਉਂਦਾ ਹੋਵੇ ਪਰ ਜੇ ਤੁਹਾਡੀਆਂ ਯਾਦਾਂ ਵਿੱਚ ਜਿਉਂਦਾ ਹੈ ਤੇ ਉਹ ਅਜੇ ਜਿਉਂਦਾ ਹੈ। ਕੱਲ ਬੇਨਤੀ ਕਰ ਰਹੇ ਸੀ ਨਾ 550 ਸਾਲਾਂ ਦੀ, ਇਸ ਕਰਕੇ ਅਮਰ ਨੇ ਪਾਤਸ਼ਾਹ, ਕਿਉਂਕਿ ਸਾਡੀਆਂ ਯਾਦਾਂ ਵਿੱਚ ਵਸੇ ਹੋਏ ਨੇ, ਚਿੱਤ ਵਿੱਚ ਵਸੇ ਹੋਏ ਨੇ। ਕਈ ਵਾਰੀ ਜਿਉਂਦਾ ਬੰਦਾ ਹੁੰਦਾ ਘਰ ਦਾ, ਉਹਦਾ ਚਿੱਤ ਚੇਤਾ ਵੀ ਨਹੀਂ ਹੁੰਦਾ, ਉਹ ਮਰਿਆਂ ਵਰਗਾ ਹੁੰਦਾ ਕਿਉਂਕਿ ਤੁਹਾਡੇ ਚੇਤੇ ਚੋਂ ਨਿਕਲ ਗਿਆ। ਪਾਤਸ਼ਾਹ ਕਹਿੰਦੇ ਇਹ ਜਿਹੜਾ ਮਨ ਹੈ ਇਹ ਖਿਆਲਾਂ ਦੀ ਦੁਨੀਆ ਪੈਦਾ ਕਰਦਾ ਹੈ। ਮਨ ਤੇ ਪਾਤਸ਼ਾਹ ਨੇ ਬਹੁਤ ਕੁਝ ਲਿਖਿਆ। ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸਾਨੂੰ ਸਮਝਾਉਂਦੇ ਹੋਏ ਇੱਕ ਸ਼ਬਦ ਦਾ ਪ੍ਰਯੋਗ ਨਹੀਂ ਕੀਤਾ, ਕਦੇ ਕਿਹਾ ਸਾਧੋ, ਮਨ ਕਾ ਮਾਣ ਤਿਆਗੋ ਸਾਧੋ। ਸਾਧਨਾ ਕਰਨ ਵਾਲੇ ਮਨੁੱਖ ਨੂੰ ਕਿਹਾ ਜਿਹੜਾ ਜਾਣਨਾ ਕੁਝ ਚਾਹੁੰਦਾ ਸਾਧਨਾ ਵਿੱਚ ਬੈਠਾ ਹੋਇਆ। ਇਹੀ ਸਾਧ ਸ਼ਬਦ ਸਤਿਗੁਰ ਲਈ ਵੀ ਪ੍ਰਯੋਗ ਕੀਤਾ। ਕਦੇ ਕਦੇ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਨਰ ਕਹਿੰਦੇ ਨੇ, ਨਰ ਚਾਹਤ ਕਿਛ ਆਰ। ਕਦੇ ਪਾਤਸ਼ਾਹ ਪ੍ਰਾਣੀ ਕਰਕੇ ਕਹਿੰਦੇ ਨੇ ਇਸਨੂੰ, ਕਦੇ ਚਤਰ ਸੁਜਾਨ ਕਰਕੇ ਕਹਿੰਦੇ ਨੇ। ਇੱਕ ਸ਼ਬਦ ਨਹੀਂ ਪ੍ਰਯੋਗ ਕੀਤਾ ਇਹਨੂੰ, ਇਸ ਮਨੁੱਖ ਨੂੰ ਸਮਝਾਉਣ ਲਈ। ਕਦੇ ਪਾਤਸ਼ਾਹ ਇਸਨੂੰ ਬਾਵਰੇ ਕਹਿੰਦੇ ਨੇ, ਉਹ ਬਾਵਰਿਆ ਪਾਗਲਾ। ਕਦੇ ਬਾਵਰਾ ਕਹਿੰਦੇ ਨੇ, ਕਦੇ ਅੰਧ ਕਹਿੰਦੇ ਨੇ, ਉਹ ਅੰਨਿਆ। ਕਦੇ ਪਾਤਸ਼ਾਹ ਇਸਨੂੰ ਮੀਤ ਕਹਿੰਦੇ ਨੇ, ਬੜੇ ਪਿਆਰ ਨਾਲ ਵੀ ਕਹਿੰਦੇ ਨੇ, ਝਿੜਕ ਕੇ ਵੀ ਕਹਿੰਦੇ ਨੇ, ਤਾਂ ਕਿ ਕਿਤੇ ਗੱਲ ਸੁਣ ਲਏ। ਕਿਉਂਕਿ ਜਦ ਤੱਕ ਇਸਨੇ ਸੁਣਨਾ ਹੀ ਨਹੀਂ, ਮੰਨਣ ਦੀ ਤਾਂ ਗੱਲ ਬੜੀ ਦੂਰ ਦੀ ਆ। ਚਾਨਾ ਸਾਹਿਬ ਜੋ ਕਹਿ ਰਹੇ ਸੀ, ਅੱਜ ਪੰਜਵਾਂ ਦਿਨ ਹੋ ਗਿਆ ਕਹੋ ਨਾਨਕ ਹਰ ਭਜ ਮਨਾ। ਇਹਨੂੰ ਕਹਿਣਾ ਹੈ, ਬੈਠ ਬੈਠੇ ਨੂੰ ਇਸਨੂੰ ਕਹਿਣਾ ਤੂੰ ਵੀ ਸੁਣ, ਕਿਸੇ ਮਨੁੱਖ ਨੂੰ ਨਹੀਂ, ਸਤਿਗੁਰੂ ਸੁਣ। ਕਿਉਂਕਿ ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਕਿੰਨੇ ਕਿੰਨੇ ਇਹ ਤਾਂ ਨਹੀਂ ਕੋਈ ਕਾਊਂਟ ਕਰ ਸਕਦਾ, ਪਰ ਜੇ ਤੁਸੀਂ ਇੱਕ ਅੱਧਾ ਚੱਖਿਆ ਹੋਵੇ ਉਹ ਤਾਂ ਦੱਸ ਹੀ ਸਕਦੇ ਹੋ ਨਾ, ਕਿ ਉੱਦਾਂ ਹੀ ਪੜ੍ਹਦੇ ਰਹੇ ਸਾਰੀ ਉਮਰ। ਆਖੋ ਸਤਨਾਮ ਵਾਹਿਗੁਰੂ। ਗੱਲ ਇਸ ਮਨ ਤੋਂ ਚੱਲਣੀ ਆ। ਅੱਜ ਸ਼ਬਦ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਦਾ, ਸਤਿਗੁਰ ਕਹਿੰਦੇ ਕੋਈ ਆਉਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਕੋਈ ਮਿਲਾਦਾ ਹੈ। ਇਹ ਨਹੀਂ ਕਿ ਕੋਈ ਸਿੱਖ ਮਿਲਾਦਾ, ਹਿੰਦੂ ਮਿਲਾਦਾ, ਮੁਸਲਮਾਨ ਮਿਲਾਦਾ, ਈਸਾਈ ਪਾਰਸੀ ਮਿਲਾਦਾ, ਕੋਈ ਆਣ ਮਿਲਾਵੇ। ਤੁਹਾਡਾ ਪੁੱਤਰ ਗੁਆਚਾ ਹੋ ਗਿਆ, ਮੈਂ ਸਧਾਰਨ ਜਿਹੀ ਉਦਾਹਰਨ ਆਪ ਜੀ ਦੇ ਸਾਹਮਣੇ ਰੱਖਣ ਲੱਗਾ। ਤੁਹਾਡਾ ਨੌਜਵਾਨ ਪੁੱਤਰ ਗੁੰਮ ਹੋ ਗਿਆ ਹੋਵੇ, ਤੁਸੀਂ ਅਖਬਾਰ ਵਿੱਚ ਕੱਢਦੇ ਹੋ ਜਿਹੜਾ ਸਾਨੂੰ ਸਾਡੇ ਪੁੱਤਰ ਨੂੰ ਲੱਭ ਕੇ ਲਿਆਵੇ, ਉਸਨੂੰ ਅਸੀਂ 50,000 ਦਾ ਇਨਾਮ ਦਿਆਂਗੇ, ਨਾਲ ਹੋਰ ਕੁਝ ਵੀ ਦਿਆਂਗੇ। ਤੁਸੀਂ ਕਦੇ ਨਹੀਂ ਲਿਖ ਕਹਿੰਦੇ ਵੀ ਮੇਰੀ ਬਰਾਦਰੀ ਲੱਭ ਕੇ ਲਿਆਵੇ, ਮੇਰੇ ਧਰਮ ਦੇ ਬੰਦੇ ਲੱਭ ਕੇ ਲਿਆਓ, ਕਦੇ ਕਿਹਾ ਤੁਸੀਂ? ਕਿਉਂਕਿ ਜਿਸ ਦਾ ਪੁੱਤਰ ਗੁਆਚਿਆ ਹੈ ਉਹਦੀਆਂ ਅੱਖਾਂ 'ਚ ਤਾਂ ਹਨੇਰ ਹੈ, ਉਸਨੂੰ ਕੁਛ ਨਹੀਂ ਦਿਸਦਾ। ਪਾਤਸ਼ਾਹ ਜੀ ਕਹਿੰਦੇ ਨੇ ਕੋਈ ਆਣ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਕੋਈ ਆ ਜਾਏ। ਇਹ ਖਿਆਲ ਰੱਖਣਾ, ਜਿਹੜਾ ਮਿਲਿਆ ਹੋਇਆ ਹੋਏਗਾ ਉਹੋ ਹੀ ਮਿਲਾ ਸਕਦਾ, ਜਿਸ ਜਿਹੜਾ ਆਪ ਹੀ ਨਹੀਂ ਮਿਲਿਆ ਉਹ ਮਿਲਾਏਗਾ ਕਿਵੇਂ, ਕਿਵੇਂ ਮਿਲਾਏਗਾ? ਇਸ ਕਰਕੇ ਸਿੱਖ ਨੂੰ ਪਾਤਸ਼ਾਹ ਜੀ ਨੇ ਇੱਕ ਆਸ਼ੀਰਵਾਦ ਦਿੱਤਾ ਕਿ ਜਦ ਵੀ ਤੂੰ ਨਿਤਨੇਮ ਸਵੇਰੇ ਕਰੇ ਅਤੇ ਸ਼ਾਮ ਨੂੰ ਕਰੇ, ਤੂੰ ਇੱਕ ਅਰਦਾਸ ਵਿੱਚ ਇੱਕ ਮੰਗ ਮੰਗਿਆ ਕਰ। ਕੀ ਮੰਗਣਾ ਜੀ? ਸਹੀ ਪਿਆਰੇ ਮੇਲ ਜਿਹਨਾਂ ਮਿਲਿਆ ਰਾਮ ਜਿਤਾਵੇ, ਉਹਨਾਂ ਨੂੰ ਦਾਤਾ ਮਿਲਾ ਦਿਓ ਜਿਹਨਾਂ ਦੇ ਮਿਲਿਆ ਤੁਸੀਂ ਯਾਦ ਆ ਜਾਓ। ਸਿੱਖ ਜਦ ਅਰਦਾਸ ਕਰਦਾ ਤਾਂ ਇੱਕ ਮੰਗ ਹੋਰ ਮੰਗਦਾ, ਪਾਤਸ਼ਾਹ ਜੀ ਉਹ ਅੱਖ ਦੇ ਦਿਓ ਜਿਸ ਨਾਲ ਤੈਨੂੰ ਅਤੇ ਤੇਰੇ ਪਿਆਰਿਆਂ ਨੂੰ ਪਛਾਣ ਸਕਾਂ। ਇੱਕ ਵਾਰੀ ਕਹਿ ਦਿਓ ਸਤਨਾਮ ਵਾਹਿਗੁਰੂ, ਫਿਰ ਬੇਨਤੀ ਸੁਣਨੀ।
ਦਾਤਾ ਜੀ ਉਹ ਅੱਖ ਦੇ ਦਿਓ ਜਿਸ ਨਾਲ ਤੈਨੂੰ ਅਤੇ ਤੇਰੇ ਪਿਆਰਿਆਂ ਨੂੰ ਪਛਾਣ ਸਕਾਂ। ਕਿਤੇ ਸਾਰਿਆਂ ਨੂੰ ਜੇਬ ਕਤਰੇ ਹੀ ਨਾ ਸਮਝਦਾ ਰਹੇ ਵੀ ਇਹ ਪੈਸੇ ਇਕੱਠੇ ਕਰਨ ਆਏ ਆ। ਇਸ ਤੋਂ ਵੱਧ ਇਹਦੀ ਸੁਰਤ ਜਾਂਦੀ ਵੀ ਨਹੀਂ, ਕਿਉਂਕਿ ਜਿਹੜੀ ਚੀਜ਼ ਇਹਨੂੰ ਪਿਆਰੀ ਲੱਗਦੀ ਆ ਇਹਨੇ ਲੁਕੋ ਕੇ ਰੱਖੀ ਆ। ਖਿਆਲ ਰੱਖਣਾ ਜ਼ਰਾ, ਫਿਰ ਸੁਣਨਾ ਜ਼ਰਾ, ਜਿਹੜੀ ਚੀਜ਼ ਇਹਨੂੰ ਪਿਆਰੀ ਲੱਗਦੀ ਆ ਇਹਨੂੰ ਇਹ ਬਹੁਤ ਸੰਭਾਲ ਕੇ ਅਤੇ ਲੁਕੋ ਕੇ ਰੱਖਦਾ। ਅਤੇ ਮੈਂ ਇੱਕ ਬੇਨਤੀ ਸਤਿਗੁਰੂ ਜੀ ਦੀ ਹਜ਼ੂਰੀ 'ਚ ਅੱਜ ਕਰਨ ਲੱਗਾ ਪੰਜਵੇਂ ਦਿਨ। ਇਸ ਸੰਸਾਰ ਵਿੱਚ ਕੁਝ ਵੀ ਐਸਾ ਨਹੀਂ ਜਿਹੜਾ ਲੁਕਾਉਣ ਦੇ ਅਤੇ ਛੁਪਾਉਣ ਦੇ ਕਾਬਿਲ ਆ। ਫਿਰ ਸੁਣਨਾ ਜ਼ਰਾ, ਇਸ ਸੰਸਾਰ ਵਿੱਚ ਕੁਝ ਵੀ ਐਸਾ ਨਹੀਂ ਜਿਹੜਾ ਲੁਕਾਉਣ ਦੇ ਛੁਪਾਉਣ ਦੇ ਕਾਬਿਲ ਹੋਵੇ। ਕਾਹਦੇ ਲਈ ਲੁਕਾਉਂਦਾ, ਕਾਰਨ ਕੀ ਆ? ਆਓ ਮੇਰੇ ਨਾਲ ਸ਼ਬਦ ਦੀ ਵੀ ਸਾਂਝ ਪਾਈਏ। ਪਰ ਸਤਿਗੁਰ ਕਹਿੰਦੇ ਸਾਜਨ ਤੇਰੇ ਚਰਨ ਕੀ ਹੋਏ ਰਹਾ ਸਦ ਤੂਰ। ਆ ਦੇਖ ਜਿਹਨਾਂ ਨੇ ਉਹਦਾ ਜਲਵਾ ਦੇਖਿਆ, ਜਿਹਨਾਂ ਨੇ ਉਹਦੀ ਬਖਸ਼ਿਸ਼ ਪਾਈ ਹੈ, ਉਹ ਹੀ ਕਹਿੰਦੇ ਨੇ ਸਾਜਨ। ਸਾਜਨ ਅਸੀਂ ਉਸ ਨੂੰ ਕਹਿੰਦੇ ਹਾਂ ਜਿਹਦੇ ਵਿੱਚ ਸਾਹ ਅਤੇ ਜਾਨ ਹੋਵੇ, ਜਿਹੜਾ ਬਹੁਤਾ ਹੀ ਪ੍ਰਾਣਾ ਤੋਂ ਪਿਆਰਾ ਹੋਵੇ ਉਸ ਨੂੰ ਅਸੀਂ ਕਹਿੰਦੇ ਤਾਂ ਮੇਰੀ ਜਾਨ। ਆਖੋ ਸਤਨਾਮ ਵਾਹਿਗੁਰੂ। ਕਦੇ ਗੁਰੂ ਦੇ ਪ੍ਰਤੀ ਕਦੇ ਆਪ ਜੀ ਦੀ ਏਡੀ ਵੱਡੀ ਭਾਵਨਾ ਆਈ ਕਿ ਮੇਰੀ ਉਹ ਸਾਹ ਅਤੇ ਜਾਨ ਹੈ। ਪਰ ਸਤਿਗੁਰ ਆਪਣੇ ਖਾਲਸੇ ਨੂੰ ਕਹਿੰਦੇ ਨੇ ਖਾਲਸਾ ਮੇਰੋ ਪਿੰਡ ਪ੍ਰਾਣ, ਖਾਲਸਾ ਮੇਰੀ ਜਾਨ। ਇੱਕ ਮੈਂ ਹਾਂ, ਇੱਕ ਮੇਰੀ ਜਾਨ ਹੈ, ਇੱਕ ਮੇਰੀ ਜਾਨ ਦੀ ਜਾਨ ਹੈ। ਸਤਿਗੁਰ ਆਪਣੇ ਖਾਲਸੇ ਨੂੰ ਆਪਣੀ ਜਾਨ ਦੀ ਜਾਨ ਦੱਸਦੇ ਨੇ। ਇਹੋ ਜਿਹਾ ਸਤਿਗੁਰ ਤਾਂ ਕਦੇ ਸੰਸਾਰ ਵਿੱਚ ਆਇਆ ਹੀ ਨਹੀਂ, ਮਿਲਿਆ ਹੀ ਨਹੀਂ, ਦੇਖਿਆ ਹੀ ਨਹੀਂ ਕਿਸੇ ਨੇ ਜਿਹੜਾ ਆਪਣੇ ਖਾਲਸੇ ਨੂੰ ਇੰਨਾ ਪਿਆਰ ਕਰੇ। ਪਾਤਸ਼ਾਹ ਕਹਿੰਦੇ ਜਿਹੜਾ ਸਤਿਕਾਰ ਮੈਨੂੰ ਸੰਸਾਰ ਨੇ ਦਿੱਤਾ ਉਹ ਮੇਰੇ ਖਾਲਸੇ ਕਰਕੇ ਆ। ਆਖੋ ਸਤਨਾਮ ਵਾਹਿਗੁਰੂ। ਖਾਲਸਾ ਕਰ ਮੇਰੋ ਸਤਿਕਾਰ, ਇਹਨਾਂ ਕਰਕੇ ਮੈਨੂੰ ਸਤਿਕਾਰ ਮਿਲਿਆ। ਉਹ ਨਹੀਂ ਮੋਸੇ ਗਰੀਬ ਕਰੋੜ ਪਰੇ, ਕਰੋੜਾਂ ਪਏ ਨੇ, ਇਹਨਾਂ ਕਰਕੇ ਮੈਨੂੰ ਸੰਸਾਰ ਨੇ ਸਤਿਗੁਰੂ ਕਿਹਾ। ਸਿੱਖ ਦੇ ਪ੍ਰੇਮ ਦਾ ਤਾਂ ਪਤਾ ਲੱਗਣਾ ਸੀ। ਮੇਰੀ ਉਮਰ ਦੀਆਂ ਮਤਾਵਾਂ ਬੈਠੀਆਂ ਉਹ ਪਿਛਲੇ ਪਾਸੇ 80-80 75-75 ਸਾਲ ਦੀਆਂ, ਤਾਂ ਮੈਂ ਉਦਾਹਰਨਾਂ ਸਿੱਧੀਆਂ ਜਾਂ ਜਿੰਨਾ ਗੱਲ ਬੈਠ ਜਾ ਖੋਪਰੀ 'ਚ ਕਦੇ। ਕਈ ਵਾਰੀ ਇਹ ਮਤਾਵਾਂ ਨੇ ਆਪਣੇ ਵਿਆਹ ਦਾ ਸੂਟ ਰੱਖਿਆ ਹੁੰਦਾ ਅਤੇ ਨੂੰਹਾਂ ਕਹਿੰਦੀਆਂ ਇਹ ਕਾਹਦੇ ਲਈ ਰੱਖਿਆ, ਇਹਨਾਂ ਇਹ ਪਾਉਣ ਵਾਲਾ ਨਾ ਰੱਖਣ ਜੋਗਾ। ਅਤੇ ਇੱਕੋ ਗੱਲ ਕਹਿੰਦੀਆਂ ਨੇ ਇਹ ਤਾਂ ਪਰ ਮੇਰੇ ਵਿਆਹ ਦੀ ਨਿਸ਼ਾਨੀ ਆ, ਭਲੇ ਦਿਨਾਂ ਦੀ ਨਿਸ਼ਾਨੀ ਆ। ਜੇ ਮੈਂ ਇਹ ਗੱਲ ਤੁਹਾਡੇ ਤੋਂ ਪੁੱਛ ਲਾਂ, ਤੁਸੀਂ ਕਹਿੰਦੇ ਹੋ ਗੁਰੂ ਗੋਬਿੰਦ ਸਿੰਘ ਮੇਰੇ ਨੇ, ਕੋਈ ਹੈ ਉਹਦੀ ਨਿਸ਼ਾਨੀ ਜਿਹੜੀ ਪੰਜ ਦਿੱਤੀਆਂ ਨੇ ਉਹਦਾ ਕੋਈ ਹੋਵੇ? ਹੈ ਨਿਸ਼ਾਨੀ ਉਹਦੀਆਂ ਪੰਜਾਂ ਨਿਸ਼ਾਨੀਆਂ ਚੋਂ? ਜੇ ਇਹਦੇ ਕੋਲ ਨਿਸ਼ਾਨੀ ਨਹੀਂ ਤਾਂ ਇਹ ਫੋਕੀਆਂ ਗੱਪਾਂ ਮਾਰਦਾ। ਇਹ ਕਹਿੰਦਾ ਵੀ ਮਨ ਸਾਫ ਚਾਹੀਦਾ, ਅੰਮ੍ਰਿਤ ਤੋਂ ਕੀ ਲੈਣਾ। ਸਾਡੇ ਨੂੰ ਤਾਂ ਮਤਾਵਾਂ ਹੀ ਚੰਗੀਆਂ ਜਿਹੜੀਆਂ ਉਹ ਭਲੇ ਦਿਨ ਦੀ ਨਿਸ਼ਾਨੀ ਰੱਖੀ ਬੈਠੀ ਹਾਂ, ਅਸੀਂ ਤਾਂ ਗੁਰੂ ਦੀ ਕੋਈ ਨਿਸ਼ਾਨੀ ਵੀ ਨਹੀਂ ਰੱਖੀ। ਕਦੇ ਕਦੇ ਸੰਗ ਆਉਂਦੀ ਆ, ਸ਼ਰਮ ਆਉਂਦੀ, ਕਦੇ ਲਾਜ ਆਉਂਦੀ ਆ ਵੀ ਮਨਾਂ ਤੋਂ ਕੀ ਕਰਦਾ ਕੀ ਆ। ਤੂੰ ਤਾਂ ਸਮਰਪਣ ਕਰਨਾ ਸੀ ਸਤਿਗੁਰ ਨੂੰ, ਤੈਨੂੰ ਹੋ ਕੀ ਗਿਆ? ਆਓ ਨਾਲ ਨਾਲ ਸ਼ਬਦ ਪੜ੍ਹੀਏ, ਨਾਲ ਨਾਲ ਵਿਚਾਰ ਕਰੀਏ। ਕੋਈ ਆਨ ਮਿਲਾਵੇ ਮੇਰਾ ਪ੍ਰੀਤਮ ਪਿਆਰਾ, ਕੋਈ ਆਨ ਮਿਲਾਵੇ ਮੇਰਾ ਪ੍ਰੀਤਮ ਪਿਆਰਾ,
ਬਖਸ਼ ਕਹਿੰਦੇ ਕੋਈ ਆਣ ਮਿਲਾਵੇ ਘੁੰਗਣੀਆਂ ਵੇਚਣ ਆਏ ਸੀ ਗੁਰੂ ਦੇ ਦਰਬਾਰ ਵਿੱਚ ਕਿੱਥੇ ਬਾਦਸ਼ਾਹੀਆਂ ਬਖਸ਼ ਦਿੱਤੀਆਂ ਕਿਰਪਾ ਕਰਨਾ ਜਰਾ ਉਹਦੀਆਂ ਬਖਸ਼ਿਸ਼ਾਂ ਦੇਖੀਏ ਤੇ ਸਹੀ ਅਤ ਗਰੀਬੀ ਸੀ ਮਾਤਾ ਪਿਤਾ ਨਾ ਰਹੇ ਨਾਨੀ ਸੀ ਉਹ ਨਾ ਰਹੀ ਕੋਈ ਰਿਹਾ ਨਾ ਅਸਲ ਚ ਨਿਥਾਵਿਆਂ ਦਾ ਥਾਮ ਕਿਆ ਜਿਸ ਦਾ ਕੋਈ ਨਹੀਂ ਉਸਦਾ ਸਤਿਗੁਰੂ ਹੁੰਦਾ ਇਹਦੇ ਤਾਂ ਮਾਸੀ ਮਾਸੜੀ ਨਹੀਂ ਗਿਣ ਹੁੰਦੇ ਕਿੰਨੇ ਹਨ ਚਾਚੇ ਤਾਏ ਨਾਨੇ ਭਾਪੇ ਗਿਣਦੇ ਸਾਰੀ ਜ਼ਿੰਦਗੀ ਲੰਘ ਗਈ ਐਡੀਆਂ ਵੱਡੀਆਂ ਬਖਸ਼ਾਂ ਧੰਨ ਗੁਰੂ ਅਮਰਦਾਸ ਜੀ ਨੇ ਧੰਨ ਗੁਰੂ ਰਾਮਦਾਸ ਜੀ ਨੂੰ ਬਖਸ਼ੀਆਂ ਨਿਮਾਣਿਆਂ ਦਾ ਮਾਣ ਨਿਤਾਣਿਆਂ ਦਾ ਤਾਣ ਨਿਓਟਿਆਂ ਦੀ ਓਟ ਨਿਆਸਰਿਆਂ ਦਾ ਆਸਰਾ ਨਿਪੱਤਿਆਂ ਦੀ ਪੱਤ ਨਿਤਰਿਆਂ ਦੀ ਤਿਲ ਆਏ ਤੇ ਘੁੰਗਣੀਆਂ ਵੇਚਣ ਸੀ ਪਰ ਗੁਰੂ ਦਰਬਾਰ ਤੇ ਸਦਾ ਲਈ ਵਿਕ ਗਏ ਸੰਸਾਰ ਨੇ ਤੁਹਾਡੀ ਵੀ ਨਿਲਾਮੀ ਲਾਈ ਆ ਜਦ ਤੱਕ ਮੁੱਲ ਦਿਓਗੇ ਇਹਨਾਂ ਨੇ ਤੁਹਾਨੂੰ ਰੱਖਣਾ ਨਹੀਂ ਤਾਂ ਇਹਨਾਂ ਨੇ ਦੁਖੀ ਮੁੱਲ ਨਹੀਂ ਤੁਹਾਡਾ ਪਾਉਣਾ ਮੈਂ ਗੁਰੂ ਦੀ ਹਜ਼ੂਰੀ 'ਚ ਕਹਿ ਰਿਹਾ ਪਰ ਇੱਕੋ ਹੀ ਇੱਕ ਦਰ ਹੈ ਜਿਸ ਦੇ ਕੋਲ ਕੁਝ ਨਾ ਹੋਵੇ ਉਸ 'ਤੇ ਫਿਰ ਸਤਿਗੁਰ ਬਖਸ਼ਿਸ਼ ਕਰਦੇ ਆ ਧੰਨ ਧੰਨ ਰਾਮਦਾਸ ਗੁਰੇ ਜਿਨ ਸਿਰਿਆ ਤਿੰਨ ਸਵਾਰਿਆ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ ਇਹੋ ਜਿਹਾ ਸਤਿਗੁਰ ਜਿਸ ਨੂੰ ਪਾਰ ਬ੍ਰਹਮ ਕਰਕੇ ਨਮਸਕਾਰਾਂ ਹੋਈਆਂ ਧੰਨ ਗੁਰੂ ਰਾਮਦਾਸ ਰੱਤੇ ਸਹੀ ਜੋ ਮੁੱਖ ਨਾ ਬੜਨ ਉਹਨਾਂ ਨੂੰ ਰੱਤੇ ਹੋਏ ਬਾਣੀ ਨੇ ਕਿਹਾ ਜਿਹੜੇ ਮੁੱਖ ਨੀ ਜਿਹੜੇ ਮੋੜਦੇ ਗੁਰੂ ਤੋਂ ਇਹਦਾ ਮੁੱਖ ਤੇ ਸੰਸਾਰ ਵੱਲ ਹੈ ਜਿਸ ਦਿਨ ਗੁਰੂ ਵੱਲ ਮੁੱਖ ਹੋ ਗਿਆ ਬਾਬਾ ਕਬੀਰ ਸਾਹਿਬ ਇੱਕ ਬਚਨ ਕਰਦੇ ਕਹਿੰਦੇ ਨੇ ਕਹਿੰਦੇ ਅਰਬ ਦੀ ਦੁਨੀਆਂ 'ਚ ਇੱਕ ਫਕੀਰ ਰਹਿੰਦੇ ਸੀ ਉਹਨਾਂ ਨੇ ਆਪਣੇ ਮੁਰੀਦਾਂ ਨੂੰ ਕਹਿਣਾ ਵੀ ਅਸੀਂ ਤੁਹਾਨੂੰ ਮੱਕਾ ਸ਼ਰੀਫ ਦਿਖਾਉਣਾ ਕਈ ਸਾਲ ਹੀ ਬੀਤ ਗਏ ਇਸ ਤਰ੍ਹਾਂ ਹੀ ਬੈਠੇ ਸੀ ਕਹਿੰਦੇ ਤੁਹਾਨੂੰ ਮੱਕਾ ਸ਼ਰੀਫ ਦਿਖਾਈਏ ਕਹਿਣ ਲੱਗੇ ਇਹ ਤਾਂ ਸਾਨੂੰ ਸੁਣਦਿਆਂ ਨੂੰ ਕਈ ਸਾਲ ਹੀ ਹੋ ਗਏ ਪਰ ਕਦੇ ਦਿਖਾਇਆ ਤਾਂ ਹੈ ਨਹੀਂ ਕਹਿੰਦੇ ਫਿਰ ਤਿਆਰੀ ਕਰੋ ਕੁਛ ਸਾਧਨ ਲਿਆਓ ਪੁਰਾਣਾ ਸਮਾਂ ਸੀ ਇਤਿਹਾਸਕਾਰ ਲਿਖਦਾ ਵੀ ਇੱਕ ਖੋਤਾ ਲਿਆਂਦਾ ਕਿਉਂਕਿ ਦੋ ਹੀ ਸਵਾਰੀਆਂ ਜਾਂ ਊਠ ਜਾਂ ਗਧਾ ਸੇਵਕਾਂ ਨੇ ਉਸ ਗਧੇ ਨੂੰ ਲੈਂਦਾ ਪੀਰ ਜੀ ਉਸ ਗਧੇ ਤੇ ਬੈਠ ਗਏ ਪਰ ਮੂੰਹ ਪਿਛਲੇ ਪਾਸੇ ਨੂੰ ਆ ਪਿੱਠ ਅਗਲੇ ਪਾਸੇ ਨੂੰ ਪੁੱਠਾ ਜਿੱਦਾਂ ਕਹਿ ਦਈਏ ਹੁਣ ਤੁਰੇ ਜਾਂਦੇ ਨੇ ਲੋਕ ਤਮਾਸ਼ਾ ਦੇਖਦੇ ਨੇ ਨਾਲ ਹੱਸਦੇ ਨੇ ਕਹਿੰਦੇ ਨੇ ਇਹਨੂੰ ਬੈਠਣਾ ਵੀ ਨਹੀਂ ਆਉਂਦਾ ਸਿੱਧਾ ਦੁਨੀਆਂ ਇਕੱਠੀ ਹੁੰਦੀ ਜਾਂਦੀ ਨਾਲ ਮਜ਼ਾਕ ਕਰਦੀ ਹੈ ਕਿਸੇ ਸੇਵਕ ਤੋਂ ਰਿਹਾ ਨਾ ਗਿਆ ਉਹ ਜਾ ਕੇ ਪੁੱਛਿਆ ਸਿੱਧੇ ਬੈਠਣ 'ਚ ਕੀ ਸਮੱਸਿਆ ਇਹ ਦੱਸੋ ਲੋਕਾਂ ਦਾ ਮਜ਼ਾਕ ਨਹੀਂ ਸਿਆ ਜਾਂਦਾ ਸਾਡੇ ਤੋਂ ਕਹਿਣ ਲੱਗੇ ਮੈਂ ਸਿੱਧਾ ਬੈਠ ਸਕਦਾ ਮੇਰੇ ਲਈ ਕੋਈ ਸਮੱਸਿਆ ਨਹੀਂ ਪਰ ਜੇ ਮੈਂ ਸਿੱਧਾ ਬੈਠਦਾ ਤਾਂ ਪਿੱਠ ਤੁਹਾਡੇ ਵੱਲ ਹੋ ਜਾਣੀ ਹੈ ਜੇ ਮੈਂ ਸਿੱਧਾ ਬੈਠਦਾ ਤਾਂ ਪਿੱਠ ਤੁਹਾਡੇ ਵੱਲ ਨੂੰ ਹੋ ਜਾਣੀ ਹੈ
ਜਿਸ ਗੁਰੂ ਦੀ ਪਿੱਠ ਸਿੱਖ ਵੱਲ ਹੋ ਜਾਏ ਉਹ ਸਿੱਖ ਦਾ ਕੁਝ ਵੀ ਨਹੀਂ ਬਚਦਾ। ਉਹ ਦੁਨੀਆਂ ਦੇ ਲੋਕੋ ਆਖੋ ਸਤਨਾਮ ਜਿਸ ਦੇ ਸਤਿਗੁਰ ਨੇ ਪਿੱਠ ਕਰ ਲਈ ਆਪਣੇ ਸਿੱਖ ਵੱਲ ਉਹਦਾ ਬਚਣਾ ਕੀ ਆ। ਕਹਿਣ ਲੱਗੇ ਜੇ ਮੈਂ ਤੁਹਾਨੂੰ ਅੱਗੇ ਕਰਦਾ ਤੇ ਤੁਸੀਂ ਅੱਗੇ ਚੱਲੋ ਸਵਾਰੀ ਤੇ ਤੇ ਤੁਹਾਡੀ ਪਿੱਠ ਮੇਰੇ ਵੱਲ ਨੂੰ ਹੋ ਜਾਣੀ ਹੈ ਤੇ ਜਿਸ ਸਿੱਖ ਦੀ ਪਿੱਠ ਗੁਰੂ ਵੱਲ ਨੂੰ ਹੋ ਜਾਏ ਉਹਦੇ ਪੱਲੇ ਵੀ ਕੱਖ ਨਹੀਂ ਰਹਿੰਦਾ। ਆਖੋ ਸਤਨਾਮ ਤੇ ਬਾਬਾ ਕਬੀਰ ਸਾਹਿਬ ਕਹਿੰਦੇ ਆਗੇ ਸੇ ਸਤਿਗੁਰ ਮਿਲਾ। ਕਹਿੰਦੇ ਜਿਵੇਂ ਦੁਨੀਆ ਕਰਦੀ ਸੀ ਅਸੀਂ ਵੀ ਕਰਦੇ ਸੀ। ਬਹਿਤਾ ਥਾ ਬਹਿ ਜਾਤ ਥਾ ਲੋਕ ਵੇਦ ਕੇ ਸਾਥ। ਜੋ ਸੰਸਾਰ ਰਸਮ ਕਰਦਾ ਸੀ ਆ ਗਏ ਮੱਥਾ ਟੇਕ ਲਿਆ ਕੜਾ ਫਿਰ ਛਕ ਲਿਆ ਲੰਗਰ ਖਾ ਲਿਆ ਘਰ ਨੂੰ ਚਲ ਗਏ। ਇਹੋ ਜਿਹਾ ਰੂਟੀਨ ਤਾਂ ਬਣੇ ਹੀ ਰਹਿੰਦਾ ਸੰਸਾਰ ਦਾ। ਬਾਬਾ ਜੀ ਕਹਿੰਦੇ ਆਗੇ ਸੇ ਸਤਿਗੁਰ ਮਿਲੇ ਦੀਪਕ ਦੀਨਾ ਹਾਥ। ਤੁਸੀਂ ਆਏ ਹੋ ਗੁਰੂ ਪਿੱਛਿਆਂ ਦੀ ਨਹੀਂ ਆਉਂਦਾ ਤੁਹਾਨੂੰ ਮਿਲਣ, ਸਾਹਮਣੇ ਸਤਿਗੁਰ ਬੈਠੇ ਨੇ। ਇੱਕ ਵਾਰੀ ਕਹਿ ਦਿਓ ਸਤਨਾਮ। ਆਗੇ ਸੇ ਸਤਿਗੁਰ ਮਿਲਾ ਦੀਪਕ ਦੀਨਾ ਹਾਥ। ਦੀਪਕ ਦੀਨਾ ਹਾਥ ਦੀਨੀ ਵਸਤ ਲਿਖਾਏ। ਲਿਖਾਉਣ ਦਾ ਮਤਲਬ ਇਹ ਵੀ ਲਿਖਿਆ ਜਨਾਉਣਾ ਕਿਸੇ ਨੂੰ ਦਿਖਾ ਦੇਣਾ। ਕਹਿੰਦੇ ਕੋਟ ਜਨਮ ਕਾ ਬੰਧ ਥਾ ਪਲਮੇ ਦੀਆ ਮੁਕਾਏ। ਕਰੋੜਾਂ ਜਨਮਾਂ ਦਾ ਸਫ਼ਰ ਸੀ ਇੱਕ ਪਲ ਚ ਕਬੀਰ ਸਾਹਿਬ ਕਹਿੰਦੇ ਮੁਕਾ ਦਿੱਤਾ। ਤੁਸੀਂ ਇੱਕ ਯੁੱਗ ਸੂਰਜ ਵੱਲ ਨੂੰ ਪਿੱਠ ਕਰਕੇ ਤੁਰੇ ਰਹੋ, ਤੁਹਾਨੂੰ ਇੱਕ ਯੁੱਗ ਸੂਰਜ ਦੇ ਦਰਸ਼ਨ ਨਹੀਂ ਹੋਣਗੇ। ਪਰ ਜੇ ਉੱਥੇ ਹੀ ਖੜੇ ਦਿਸ਼ਾ ਬਦਲ ਜਾਓ, ਤੁਰਨ ਦੀ ਲੋੜ ਨਹੀਂ ਪੈਣੀ। ਮੈਂ ਬੇਨਤੀ ਕਰਾਂ ਉੱਥੇ ਖੜੇ ਦਿਸ਼ਾ ਬਦਲ ਜਾ। ਅਸਲ 'ਚ ਸਾਡੇ ਸਾਰਿਆਂ ਦੀ ਦਿਸ਼ਾ ਜਿਹੜੀ ਸੰਸਾਰ ਵੱਲ ਜਾਂਦੀ ਆ। ਸਾਡੀਆਂ ਤਾਂ ਅੱਖਾਂ ਸੰਸਾਰ 'ਤੇ ਗੱਡੀਆਂ ਹੋਈਆਂ, ਗੁਰੂ ਵੱਲ ਤਾਂ ਅੱਖ ਜਾਂਦੀ ਨਹੀਂ। ਸਤਿਗੁਰ ਇੱਕੋ ਹੀ ਗੱਲ ਕਹਿੰਦੇ ਨੇ ਇਸ ਨੂੰ, ਦਿਸ਼ਾ ਬਦਲ ਦੇ ਸੁਰਤ ਬਦਲ ਦੇ। ਸੁਰਤ ਬਦਲ ਕੇ ਸ਼ਬਦ 'ਚ ਲਾਇਆ, ਸਤਿਗੁਰ ਵੱਲ ਲਾਇਆ, ਤੈਨੂੰ ਦੌੜਨ ਦੀ ਲੋੜ ਨਹੀਂ ਕਿਤੇ ਵੀ। ਪਰ ਦਿਸ਼ਾ ਵੀ ਨਹੀਂ ਬਦਲਦਾ ਤੇ ਦਸ਼ਾ ਵੀ ਨਹੀਂ ਬਦਲਦਾ। ਆਖੋ ਸਤਨਾਮ। ਦਰਸ਼ਨ ਹਰ ਦੇਖਣ ਕਹਿਤਾ। ਕੋਈ ਮਿਲ ਜੇ ਸਹੀ ਉਸਤੇ ਆਪਣਾ ਆਪ ਵੇਚ ਲਿਆ। ਇੰਨਾ ਪਿਆਰ ਇੰਨੀ ਪ੍ਰੀਤ ਜਿਸ ਤੇ ਸਭ ਕੁਝ ਦਾਅ ਤੇ ਲੱਗ ਜਾਏ। ਅਸਲ 'ਚ ਸੰਸਾਰ ਨੇ ਇੰਨਾ ਘੇਰਿਆ ਹੋਇਆ, ਇਹਦੀ ਮਾਤੀ ਮਾਰ ਦਿੱਤੀ ਸੰਸਾਰ ਨੇ, ਇਹਦੇ ਵਸ ਦੀ ਗੱਲ ਨਹੀਂ। ਕਿਰਪਾ ਕਰੇ ਤਾਂ ਸਤਿਗੁਰ ਮਿਲੇ ਹਰ ਹਰ ਨਾਮ ਕਰਾਈ। ਕਿਰਪਾ ਕਰੇ ਤਾਂ ਸਤਿਗੁਰ ਮਿਲੇ
ਜਾਏ। ਇੱਛਾ ਕਿਹਦੇ ਅੰਦਰ ਆ? ਸਤਿਗੁਰ ਕਹਿੰਦੇ ਨੇ ਕਿਰਪਾ ਕਰੇ ਤਾਂ ਸਤਿਗੁਰ ਮਿਲੇ। ਉਹ ਅਕਾਲ ਪੁਰਖ ਦੀਆਂ ਬਖਸ਼ਿਸ਼ਾਂ ਵਿੱਚੋਂ ਜਦੋਂ ਕਿਰਪਾ ਹੁੰਦੀ ਤੇ ਸਤਿਗੁਰ ਦਾ ਮਿਲਾਪ ਹੁੰਦਾ। ਹਰ ਹਰ ਨਾਮ ਧਿਆਈ, ਅਸਲ ਜਿਸ ਨਾਲ ਗਹਿਰੀ ਪ੍ਰੀਤ ਹੋ ਜਾਏ ਨਾ, ਉਹ ਅੱਖਾਂ ਦੇ ਸਾਹਮਣੇ ਰਹਿੰਦਾ। ਮੈਂ ਬੇਨਤੀ ਕਰ, ਬੇਨਤੀ ਸੁਣਨਾ ਜ਼ਰਾ, ਜਿਸ ਨਾਲ ਗਹਿਰੀ ਪ੍ਰੀਤ ਹੋ ਜਾਏ ਉਸ ਤੋਂ ਬਗੈਰ ਮਨ ਨਹੀਂ ਲੱਗਦਾ। ਜੇ ਮੈਂ ਇਹ ਕਹਿ ਦਿਆਂ ਕਿ ਉਸ ਤੋਂ ਬਗੈਰ ਕੁਝ ਵੀ ਚੰਗਾ ਨਹੀਂ ਲੱਗਦਾ ਤੇ ਵੱਡੀ ਅਵਸਥਾ ਨਹੀਂ ਹੈ। ਜਿਸ ਨਾਲ ਗਹਿਰੀ ਪ੍ਰੀਤ ਹੋਵੇ ਉਸਨੂੰ ਯਾਦ ਕਰਨ ਦੀ ਲੋੜ ਨਹੀਂ ਪੈਂਦੀ। ਗੁਰਮੁਖੋ, ਉਸਦੀ ਯਾਦ 24 ਘੰਟੇ ਆਉਂਦੀ ਰਹਿੰਦੀ। ਭਰਿਆ ਪਿਆ ਮੋਹ ਦੇ ਨਾਲ, ਲੋਭ ਦੇ ਨਾਲ। ਪਾਤਸ਼ਾਹ ਕਹਿੰਦੇ ਇਸ ਮਨ ਨੂੰ ਖਾਲੀ ਕਰ। ਖਾਲੀ ਕਿੱਥੇ ਜਾ ਕੇ ਕਰਨਾ ਸੀ? ਇੱਥੇ ਹੀ ਕਰਨਾ ਸੀ। ਆਹ ਹੀ ਇੱਕ ਜਗ੍ਹਾ ਜਿੱਥੇ ਮਨ ਕਾਬੂ ਆ ਸਕਦਾ। ਸਤਿਗੁਰ ਕਹਿੰਦੇ ਕੋਈ ਜਨ ਹਰ ਸਿਉਂ ਲੇਵੈ ਜੋਤ। ਕੋਈ ਜਨ ਹਰ ਸਿਉਂ ਦੇਵੈ ਜੋਤ। ਕੋਈ ਆ ਜਾ ਚਰਨ ਕਹੋ ਬਕੋ ਸੁਭ ਰਸਨਾ ਦੀਜੈ ਪ੍ਰਾਣ ਰਤ। ਚਰਨ ਗਾਹੋ ਬਕੋ, ਹੁਣ ਤਾਂ ਬਕੋ ਸ਼ਬਦ ਦਾ ਮਤਲਬ ਹੋਰ ਲੋਕਾਂ ਨੇ ਕੱਢ ਲਿਆ। ਕਹਿੰਦੇ ਤੂੰ ਬਕ ਤਾਂ ਕਦੇ ਸਮਾਂ ਸੀ, ਬਕੋ ਦਾ ਸੰਬੰਧ ਉਚਾਰਨ ਕਰਨਾ, ਵਡਿਆਈ ਕਰਨੀ। ਹੁਣ ਤਾਂ ਗੁਰੂ ਦਾ ਸ਼ਬਦ ਵੀ ਬਦਲ ਗਿਆ, ਮਤਲਬ ਬਦਲ ਦਿੱਤਾ ਕਲਯੁਗ ਦੇ ਬੰਦਿਆਂ ਨੇ, ਤੇ ਸੇਵਾ ਦਾ ਮਤਲਬ ਵੀ ਬਦਲ ਦਿੱਤਾ। ਆ ਜਿਹੜਾ ਬੰਦਾ ਜਿਹੜਾ ਬਦਮਾਸ਼ ਆ, ਕਹਿੰਦੇ ਬੰਦਾ ਬੜਾ ਗੁਰੂ ਆ। ਆ ਸੁਣਨਾ ਜ਼ਰਾ, ਕਹਿੰਦੇ ਬੰਦਾ ਬੜਾ ਗੁਰੂ ਆ, ਇਹਦੀ ਸੇਵਾ ਕਰਨੀ ਭਾਵੇਂ ਨੂੰ ਕੁੱਟਣਾ। ਸੇਵਾ ਦਾ ਮਤਲਬ ਵੱਖਰਾ ਹੋ ਗਿਆ, ਗੁਰੂ ਦਾ ਮਤਲਬ ਵੱਖਰਾ ਕਰਨ ਤੱਕ ਕਲਯੁਗ ਦੇ ਬੰਦੇ ਨੇ। ਤੁਝੇ ਅਰਾਦੀ, ਦੁੱਖ ਵੀ ਤੁਝੇ ਤੇ ਆਈ। ਜਿਹੜਾ ਸਾਨੂੰ ਦੁੱਖ ਦੇਵੇ ਉਹਦੇ ਤਾਂ ਗੋਲੀ ਮਾਰਨ ਨੂੰ ਅਸੀਂ ਫਿਰਦੇ ਹਾਂ। ਕਹਿੰਦੇ ਇਹਦੇ ਕਰਕੇ ਮੈਂ ਦੁਖੀ ਹਾਂ। ਪਰ ਆਹ ਦੇਖ, ਸਤਿਗੁਰ ਦੀ ਪ੍ਰੀਤ ਕੀ ਕਹਿ ਰਹੀ ਹੈ। ਜੇ ਸੁਖ ਦੇ ਤਾਂ ਤੁਝੇ ਅਰਾਦੀ, ਦੁੱਖ ਵੀ ਤੁਝੇ ਤੇਰੀ। ਪ੍ਰੇਮ ਵਿੱਚ ਦੁੱਖ ਤੇ ਸੁੱਖ ਬਰਾਬਰ ਹੁੰਦੇ ਨੇ। ਬੇਨਤੀ ਸੁਣਨਾ,
ਪ੍ਰੇਮ ਵਿੱਚ ਦੁੱਖ ਅਤੇ ਸੁੱਖ ਉਹਨਾਂ 'ਚ ਕੋਈ ਫਰਕ ਨਹੀਂ ਹੁੰਦਾ। ਸਾਹਮਣੇ ਆਰਾ ਚੱਲ ਰਿਹਾ ਸੀ ਭਾਈ ਮਤੀ ਦਾਸ ਜੀ ਦੇ ਸੀਸ 'ਤੇ। ਸਾਹਮਣੇ ਆਰਾ ਚੱਲਦਾ ਸੀ, ਸਤਿਗੁਰ ਦੇਖਦੇ ਸੀ। ਆਰਾ ਪਿਆਰਾ ਲਗਤ ਹੈ, ਸਹਿਜੇ ਸਹਿਜੇ ਜਾਏ। ਕਹਿ ਰਿਹਾ ਸੀ ਭਾਈ ਮਤੀ ਦਾਸ, ਤੇਜ਼ੀ ਨਾ ਕਰ ਜਲਾਦ ਨੂੰ, ਕਹਿ ਰਿਹਾ ਸੀ ਬੜਾ ਪਿਆਰਾ ਲੱਗਦਾ ਯਾਰ। ਦੁੱਖ ਤੇ ਸੁੱਖ ਤੋਂ ਉੱਪਰ ਇੱਕ ਆਨੰਦ ਹੈ। ਅਸਲ ਵਿੱਚ ਸਤਿਗੁਰ ਇੱਛਾ ਰੱਖਦੇ ਨੇ ਮੈਂ ਆਪਣੇ ਸਿੱਖ ਨੂੰ ਆਨੰਦ 'ਚ ਰੱਖਣਾ। ਇੱਛਾ ਹੈ ਸਤਿਗੁਰ ਦੀ। ਤੁਸੀਂ ਦੇਖਿਆ ਨਹੀਂ, ਮਰਗ ਦਾ ਭੋਗ ਪੈਣਾ ਹੋਵੇ ਤਾਂ ਵੀ ਸਿੱਖ ਪੜਦਾ, ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਕੋਈ ਖੁਸ਼ੀ ਦਾ ਕਾਰਜ ਹੋਵੇ ਤਾਂ ਵੀ ਸਿੱਖ ਪੜਦਾ, ਆਨੰਦ ਪਿਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ। ਉਹ ਦੁੱਖ ਸੁੱਖ ਤੋਂ ਪਰੇ ਹੋ ਕੇ ਆਨੰਦ 'ਚ ਵਿਚਰਨ ਕਰਦਾ ਗੁਰਮੁਖ। ਸੱਚਾ ਨੇ ਲਾਇਆ ਸਤਿਗੁਰ ਆਪਣੇ ਬਾਣੀ ਨੂੰ ਸੁਣ, ਕਹੋ ਨਾਨਕ ਸੁਣ ਰਹੇ ਮਨਾ। ਅੰਦਰ ਸੱਚਾ ਨੇ ਲਾਇਆ ਪ੍ਰੀਤਮ ਆਪਣੇ, ਤਨ ਮਨ ਹੋਏ ਨਿਹਾਲ, ਜਾਗੁਰ ਦੇਖਾਂ ਸਾਹਮਣੇ। ਚੰਗਾ ਭਲਾ ਘਰੋਂ ਹੱਸਦਾ ਆਉਂਦਾ, ਚੰਗਾ ਭਲਾ ਜਿਉਂ ਹੀ ਗੁਰੂ ਸਾਹਿਬ ਦੇ ਦਰਬਾਰ ਦੇ ਦਰਵਾਜ਼ੇ 'ਚ ਆਉਂਦਾ ਹੀ ਆ, ਦਹਾਥੜਾ ਮਾਰਦਾ ਹੀ ਆਉਂਦਾ। ਕੱਖ ਨਹੀਂ ਬਣਿਆ, ਮੇਰਾ ਨਹੀਂ ਬਣਿਆ, ਮੇਰਿਆਂ ਦਾ ਨਹੀਂ ਬਣਿਆ, ਉੱਦਾਂ ਹੀ ਰਿਹਾ, ਸਾਰੀ ਉਮਰ ਮੱਥੇ ਟੇਕਦੇ ਰਹੇ, ਰੋਂਦਾ ਪਿੱਟਦਾ ਹੀ ਆਉਂਦਾ। ਸਤਿਗੁਰ ਇਸ ਨੂੰ ਰੋਜ਼ ਕਹਿੰਦੇ ਨੇ, ਰਜਾ 'ਚ ਰਿਹਾ ਕਰ, ਕਜਾ ਨਾ ਪਾਇਆ ਕਰ ਜ਼ਿੰਦਗੀ 'ਚ, ਤੇਰੇ ਭਾਗਾਂ ਵਾਲਾ ਤੈਨੂੰ ਮਿਲ ਜਾਣਾ। ਬਦਕਿਸਮਤੀ ਇਸ ਗੱਲ ਦੀ ਹੈ, ਤੂੰ ਸਮੇਂ ਤੋਂ ਪਹਿਲਾਂ ਮੰਗਦਾ, ਮੁਕੱਦਰ ਤੋਂ ਜ਼ਿਆਦਾ ਮੰਗਦਾ। ਉਸ ਨੂੰ ਪਤਾ ਹੈ ਕਿੰਨਾ ਦੇਣਾ, ਕਿਹਨੂੰ ਦੇਣਾ ਅਤੇ ਕਦੋਂ ਦੇਣਾ। ਆ ਫਿਰ ਸੁਣਨਾ ਤਾਂ, ਉਹ ਜਿਹੜਾ ਦਾਤਾ ਹੈ ਨਾ, ਉਸਨੂੰ ਪਤਾ ਹੈ ਕਦੋਂ ਦੇਣਾ, ਕਿੰਨਾ ਦੇਣਾ ਤੇ ਕਿਹਨੂੰ ਦੇਣਾ। ਸਤਿਗੁਰ ਕਹਿੰਦੇ ਭਿਖਾਰੀ ਪੁਣਾ ਛੱਡ ਦੇ ਸਬਰ ਰੱਖ। ਭਿਖਾਰੀ ਪੁਣਾ ਛੱਡ ਦੇ, ਉਹ ਦਾਤਾ ਹੈ, ਉਹ ਜਾਣਦਾ ਹੈ, ਅੰਤਰਜਾਮੀ ਹੈ, ਤੈਨੂੰ ਵੀ ਦੇ ਦੇਗਾ। ਇਹ ਕਹਿੰਦਾ ਅਸੀਂ ਤਾਂ ਸਾਰੀ ਉਮਰ ਗੁਰਦੁਆਰਾ ਸਾਹਿਬ ਜਾਂਦੇ ਰਹੇ, ਸਾਡੀ ਤਾਂ ਜ਼ਿੰਦਗੀ 'ਚ ਫਰਕ ਹੀ ਨਹੀਂ ਪਿਆ ਕੋਈ। ਅਸਲ 'ਚ ਇਸ ਮਨ ਨੂੰ ਸ਼ਰਧਾ ਨਾਲ ਸਿੱਖ ਭਰਦਾ ਕਿਤੇ, ਆ ਕਿਰਪਾ ਕਰਿਓ ਜਰਾ, ਇਸ ਮਨ ਨੂੰ ਸ਼ਰਧਾ ਦੇ ਨਾਲ ਭਰ। ਤੂੰ ਤਾਂ ਇਸ ਮਨ ਨੂੰ ਸ਼ਿਕਾਇਤਾਂ ਨਾਲ ਭਰਿਆ ਹੋਇਆ, ਤਾਂ ਹੀ ਤੂੰ ਰੋਣੋਂ ਹਟਦਾ ਨਹੀਂ, ਤੂੰ ਬਾਜ਼ ਨਹੀਂ ਆਉਂਦਾ ਇਸ ਗੱਲ ਤੋਂ। ਖਾਣ ਪੀਣ ਨੂੰ ਵਧੀਆ, ਪਹਿਨਣ ਨੂੰ ਵਧੀਆ, ਰਹਿਣ ਨੂੰ ਵਧੀਆ, ਫਿਰ ਦੁੱਖ ਕਾਹਦਾ ਜੀ।
ਕਦੇ ਪੁੱਛਿਆ ਇਸ ਮਨ ਨੂੰ ਦੁੱਖ ਕਾਹਦਾ ਤੈਨੂੰ? ਪਾਤਸ਼ਾਹ ਕਹਿੰਦੇ ਦੁੱਖ ਮੰਗਿਆ ਕਰ। ਰੱਬ ਦੇ ਪਿਆਰਿਆਂ ਵਿੱਚ ਤੇ ਸਾਡੇ ਵਿੱਚ ਇਹੀ ਫਰਕ ਹੈ। ਰੱਬ ਦੇ ਪਿਆਰੇ ਕਹਿੰਦੇ ਨੇ ਦਾਤਾ ਤੂੰ ਪਹਿਲਾਂ ਦੁੱਖ ਦੇ ਦੇ, ਤੇ ਸਾਡੀ ਤਾਂ ਹਰ ਅਰਦਾਸ ਹੀ ਸੁੱਖ ਲਈ ਹੈ। ਕਿਤੇ ਇਸ ਤਰ੍ਹਾਂ ਤਾਂ ਨਹੀਂ ਗੁਰਮੁਖੋ ਕਿ ਸੁੱਖ ਜਿਹੜਾ ਇਹਦੇ ਭਾਗਾਂ ਦਾ ਸੀ ਇਹਨੇ ਭੋਗ ਲਿਆ, ਹੁਣ ਜਿਹੜਾ ਬਾਕੀ ਰਹਿ ਗਿਆ ਉਹ ਦੁੱਖਾਂ ਹੁਣ ਇਹ ਚੀਕਾਂ ਮਾਰਦਾ ਵੀ ਇਹ ਨਾ ਆਵੇ। ਰੱਬ ਦੇ ਪਿਆਰੇ ਇੱਕੋ ਹੀ ਬਰਦਾਸ਼ਤ ਕਰਦੇ ਨੇ, ਦਾਤਾ ਪਹਿਲਾਂ ਦੁੱਖ ਮੁਕਾ ਲਈਏ, ਇਹ ਮੁੱਕ ਜਾਏ ਫਿਰ ਬਾਅਦ ਵਿੱਚ ਸੁੱਖ ਹੀ ਸੁੱਖ ਰਹਿਣਾ। ਫਿਰ ਮਾਲਕ ਕਹਿੰਦੇ ਜੇ ਤੂੰ ਮੰਗਤਾ ਹੀ ਆ ਮੰਗਣਾ ਸਿੱਖ ਲੈ। ਕੀ ਮੰਗਣਾ? ਮੰਗਣਾ ਮੰਗਣ ਨੀਕਾ ਹਰ ਜਸ ਗੁਰ ਤੇ ਮੰਗਣ। ਸੱਚ ਦੱਸੋ ਕਦੇ ਮੰਗਿਆ? ਕਦੇ ਦਿਲੋਂ ਮੰਗਿਆ? ਹਰ ਜਸ ਮੰਗਣਾ, ਉਹਦੀ ਵਡਿਆਈ ਕਰਨੀ, ਉਹ ਮੰਗਣੀ। ਗੁਣ ਗਾਵਾਂ ਦਿਨ ਰਾਤ ਨਾਨਕ ਚਾਓ ਇਹੋ। ਜਿੰਨੀਆਂ ਵੀ ਅਰਦਾਸਾਂ ਹੁੰਦੀਆਂ ਸੁੱਖ ਲਈ ਹੁੰਦੀਆਂ, ਕਰਨੀਆਂ ਚਾਹੀਦੀਆਂ। ਪਾਤਸ਼ਾਹ ਜੀ ਕਹਿੰਦੇ ਨੇ ਸਿੱਖ ਅਰਦਾਸ ਕਰ ਸਕਦਾ, ਮਾਣ ਮੰਗੋ ਤਾਣ ਮੰਗੋ ਧਨ ਲਖਮੀ ਸੁੱਧ ਦੇ ਮੰਗ ਸਕਦੇ ਹੋ। ਪਰ ਇਹਨੇ ਤਾਂ ਰੁਟੀਨ ਹੀ ਬਣਾ ਲਿਆ ਮੰਗਤਿਆਂ ਦੀ ਤਰ੍ਹਾਂ, ਰੋਜ਼ ਹੀ ਰੋਂਦਾ ਕਿ ਕੀਤਾ ਕੀ ਜਾਏ। ਕਦੇ ਹੱਸਿਆ ਕਰੋ, ਹਾਸਾ ਤੇ ਅਕਾਲ ਪੁਰਖ ਦਿੰਦੇ ਨੇ, ਪਾਤਸ਼ਾਹ ਦਿੰਦੇ ਨੇ। ਗੁਰਮੁਖ ਜਨ ਜਦੋਂ ਹੱਸਦੇ ਨੇ, ਸਾਡੇ ਹਾਸੇ ਵਿੱਚ ਤੇ ਉਹਨਾਂ ਦੇ ਹਾਸੇ 'ਚ ਬਹੁਤ ਫਰਕ ਆ। ਉਹ ਆਪਣੇ ਆਪ ਤੇ ਹੱਸਦੇ ਨੇ, ਦਾਤਾ ਆਗੋਂ ਨਹੀਂ ਏਡੇ ਵੱਡੇ ਨੇ, ਕਿਤੇ ਬਖਸ਼ੇ ਵੀ ਜਾਵਾਂਗੇ ਕਿ ਨਹੀਂ। ਆਪਣੇ ਆਪ ਤੇ ਹੱਸਦੇ ਨੇ। ਇਹ ਉਦੋਂ ਹੱਸਦਾ ਜਦੋਂ ਦੂਜੇ ਦੀ ਪੱਗ ਲੱਥ ਜਾਏ, ਦੂਜੇ ਦਾ ਬੱਚਾ ਗਲਤੀ ਕਰੇ ਫਿਰ ਗਿੱਧਾ ਪਾਉਂਦਾ, ਹੁਣ ਤਮਾਸ਼ਾ ਦੇਖੋ ਕਹਿੰਦਾ। ਇਹਦਾ ਹਾਸਾ ਜ਼ਹਿਰੀਲਾ ਆ। ਸਤਿਗੁਰ ਕਹਿੰਦੇ ਆਪਣੇ ਗੁਨਾਹਾਂ ਤੇ ਹੱਸਿਆ ਕਰ, ਅਰਦਾਸ ਕਰਿਆ ਕਰ ਦਾਤਾ ਬਖਸ਼ੇ ਵੀ ਜਾਵਾਂਗੇ ਕਿ ਨਹੀਂ। ਜੇ ਭੁੱਖ ਤੇ ਤਾਂ ਤਨ ਮਨ ਕਾਟ ਕਾਟ ਸਭ ਅਰਪੀ। ਮੈਂ ਬੇਨਤੀ ਕਰਾਂ, ਬੜੇ ਗੁਰਮੁਖ ਸੱਜਣ ਬੈਠੇ ਹੋ, ਤਨ ਨੂੰ ਤਾਂ ਕੱਟ ਦਿਓ, ਕੱਟ ਸਕਦੇ ਹੋ ਤੁਸੀਂ। ਇੱਥੇ ਪਾਤਸ਼ਾਹ ਮਨ ਨੂੰ ਵੀ ਕੱਟਣ ਲਈ ਕਹਿੰਦੇ ਨੇ। ਤਨ ਮਨ ਕਾਟ ਕਾਟ ਸਭ ਅਰਪੀ, ਜਿਹੜਾ ਦਿਸਦਾ ਨਹੀਂ ਉਸਨੂੰ ਕੱਟੋਗੇ ਕਿੱਦਾਂ? ਅੱਜ ਪੁੱਛਣਾ ਇਸ ਮਨ ਨੂੰ ਵੀ ਸਤਿਗੁਰ ਕਹਿੰਦੇ ਤੈਨੂੰ ਵੀ ਤੇਰੇ ਟੁਕੜੇ ਟੁਕੜੇ ਕਰ ਦੇਣੇ ਆ, ਵੀ ਤੂੰ ਰਹਿਣਾ ਕਿੱਥੇ ਆ, ਤੇਰਾ ਰੂਪ ਕੀ ਆ, ਤੈਨੂੰ ਕੱਟੀਏ ਕਿੱਦਾਂ? ਕਿਉਂ ਪਿਆਰੇ ਹੋ? ਪੜ੍ਹਨ ਤਾਂ ਕੀਤਾ ਨੀ ਸੀਮਾ ਹੈ। ਇਸ ਮਨ ਨੂੰ ਪੁੱਛਣਾ ਵੀ ਸਤਿਗੁਰ ਨੇ ਹੁਕਮ ਕੀਤਾ ਤੈਨੂੰ ਵੀ ਤੇਰਾ ਵੀ ਜੀ ਕੀਮਾ ਕਰ ਦੇਣਾ। ਆਖੋ ਸਤਨਾਮ।
ਤਨ ਮਨ ਕਾਟ ਕਾਟ ਸਭ ਅਰਪੀ ਵਿੱਚ ਅਗਨੀ ਆਪ ਜਲਾਈ। ਆਪ ਜੀ ਨੇ ਪੰਕਤੀ ਸਰਵਣ ਕੀਤੀ ਹੋਣੀ ਹੈ, ਜਪ ਤਪ ਸੰਜਮ ਧਰਮ ਨਾ ਕਮਾਇਆ, ਆ ਮਨ ਦੀ ਆਇਆ, ਇਹ ਮਨ ਨੂੰ ਕਿੱਦਾਂ ਫੂਕਣਾ ਕਿੱਦਾਂ। ਜਪ ਤਪ ਸੰਜਮ ਧਰਮ ਨਾ ਕਮਾਇਆ, ਜਪ ਦੀ ਜਿਹੜੀ ਅਗਨੀ ਹੈ ਉਸਦਾ ਜਿਹੜਾ ਤਪ ਹੈ, ਤਪਸ਼ ਜਿਹਨੂੰ ਕਹਿ ਲਈਏ, ਉਸ ਵਿੱਚ ਮਨ ਕੁੰਦਨ ਦੀ ਤਰ੍ਹਾਂ, ਸੋਨੇ ਦੀ ਤਰ੍ਹਾਂ ਪਵਿੱਤਰ ਹੋ ਕੇ ਆ ਜਾਂਦਾ, ਪਰ ਉਸ ਅਗਨੀ ਵਿੱਚ ਇਹਨੂੰ ਪਾਉਣਾ ਪਏਗਾ। ਘੰਟਿਆਂ ਵਧੀਆ ਅਖਬਾਰ ਪੜ੍ਹ ਲੈਂਦਾ, ਦਾ ਤੇ ਬਹਿੰਦਾ ਰੋਜ਼, ਅਖਬਾਰਾਂ ਆਈਆਂ ਹੋਣੀਆਂ ਦੋ ਦਿਨਾਂ ਤੋਂ ਪਹਿਲਾਂ ਗੋਲ ਮੋਲ ਕਰਕੇ ਜੇਬ 'ਚ ਪਾਈ ਆ, ਵੀ ਕਿਤੇ ਇਹੋ ਜਿਹੀ ਖਬਰ ਨਾ ਰਹਿ ਜਾ ਜਿਹੜੀ ਪਤਾ ਨਾ ਲੱਗੇ। ਅਤੇ ਬਾਣੀ ਪੜ੍ਹਨੀ ਹੋਵੇ ਬੁਖਾਰ ਚੜ੍ਹ ਜਾਂਦਾ, ਮਨ ਕੋਈ ਸੌਖੀ ਚੀਜ਼ ਨਹੀਂ। ਪਾਤਸ਼ਾਹ ਕਹਿੰਦੇ ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ। ਆ ਸਾਧ ਸੰਗਤ ਕਿਹਾ ਜਿਵੇਂ ਅਸੀਂ ਬੈਠੇ ਹਾਂ, ਕਹਿੰਦੇ ਕਦੇ ਮਨ ਬਣਿਆ ਸਾਧ ਸੰਗਤ ਦੀ ਸੇਵਾ ਦਾ? ਸੇਵਾ ਸਾਧ ਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮਾ। ਸ਼ਰਨ ਪਰੇ ਕੀ ਰੱਖੋ, ਦਾਤਾ ਨੂੰ ਸ਼ਰਨ ਪਿਆਂ ਦੀ ਰੱਖ ਲਓ। ਸੇਵਾ ਸਾਧ ਸੰਗਤ ਦੀ ਸੇਵਾ 'ਚ ਰਤ ਹੋ ਜਾਣ। ਸਾਇੰਸ ਨੇ ਤਿੰਨੇ ਖੋਹ ਲਈਆਂ, ਗੁਰਮੁਖੋ ਪੱਖਾ ਬਿਜਲੀ ਚਲਾਉਣ ਲੱਗ ਪਈ, ਉਹ ਵੀ ਖੋਹ ਲਿਆ। ਪਾਣੀ ਢੋਣ ਦੀ ਲੋੜ ਨਹੀਂ, ਟੂਟੀਆਂ ਆ ਗਈਆਂ ਉੱਥੇ, ਉੱਥੋਂ ਹੀ ਲਓ ਪੀ ਲਓ। ਹਰ ਜਨ ਕੇ ਪੀਸਨ ਪੀਸ ਕਮਾਵਾਂ, ਉਹ ਚੱਕੀਆਂ ਪੀਣ ਲੱਗ ਪਈਆਂ। ਹਰ ਗੱਲ ਜਿਹੜੀ ਆ ਸਵਿੱਚ 'ਤੇ ਆ ਗਈ ਗੁਰਮੁਖੋ। ਕਲਯੁੱਗ ਦਾ ਬੰਦਾ ਏਡਾ ਦਲਿੱਦਰੀ ਆ, ਇਹ ਕਹਿੰਦਾ ਵੀ ਸਵਿੱਚ ਵੀ ਹੋਰ ਹੀ ਕੋਈ ਆ ਕੇ ਪ੍ਰੈਸ ਕਰੇ। ਆਖੋ ਸਤਨਾਮ ਵਾਹਿਗੁਰੂ, ਮੈਨੂੰ ਉੱਠਣਾ ਨਾ ਪਵੇ। ਆ ਮੇਰੇ ਪਾਤਸ਼ਾਹ ਕੁਝ ਕਹਿੰਦੇ ਨੇ, ਪੱਖਾ ਫੇਰੀ ਪਾਣੀ ਢੋਵਾਂ, ਜੋ ਦੇਵੇ ਸੋ ਖਾਈ। ਮੈਂ ਤਾਂ ਪ੍ਰੈਕਟੀਕਲ ਦੇਖਿਆ, ਮੈਨੂੰ ਤਕਰੀਬਨ 22 ਸਾਲ ਲਗਾਤਾਰ ਆਪ ਜੀ ਦੇ ਦਰਸ਼ਨ ਕਰਦੇ ਹੋ ਗਏ ਕੈਨੇਡਾ ਵਿੱਚ, ਲਗਾਤਾਰ ਹਰ ਸਾਲ। ਹੁਣ ਤਾਂ ਪਹਿਲਾਂ ਟੈਲੀਫੋਨ ਕਰਦੇ ਆ ਵੀ ਪਹਿਲਾਂ ਇਹ ਦੱਸੋ ਲੰਗਰ 'ਚ ਬਣਿਆ ਕੀ ਆ। ਜਿੱਦਾਂ ਨਾ ਕੁੜਮਾਚਾਰੀ ਦੇ ਜਾਣਾ ਹੁੰਦਾ, ਸਹੁਰਿਆਂ ਦੇ ਜਾਣਾ ਹੁੰਦਾ, ਵੀ ਸੇਵਾ ਕੀ ਕਰੋਗੇ। ਦੇਖੋ ਹਾਲ ਕਲਯੁੱਗ ਦੇ ਬੰਦੇ ਦਾ ਵਾ। ਸਤਿਗੁਰ ਨੇ ਨਿਯਮ ਬਣਾਇਆ ਸੀ, ਸਧਾਰਨ ਇੱਕ ਦਾਲ ਹੁੰਦੀ ਸੀ, ਫੁਲਕਾ ਹੁੰਦਾ ਸੀ, ਭੁੱਖਾ ਬੰਦਾ ਛੱਕ ਕੇ ਸਾਧ ਸੰਗਤ ਵਿੱਚ ਬੈਠਦਾ ਸੀ ਅਤੇ ਨਿਤਨੇਮ ਸਿਮਰਨ ਕਰਦਾ ਸੀ। ਇਹ ਕਹਿੰਦਾ ਤੁਹਾਡੇ ਗੁਰਦੁਆਰਾ ਸਾਹਿਬ 'ਚ ਨਹੀਂ ਆਉਣਾ ਜੇ ਤੁਸੀਂ ਵਧੀਆ ਸਬਜ਼ੀਆਂ ਨਹੀਂ ਬਣਾਈਆਂ। ਅਤੇ 50% ਲੋਕ ਅਸੀਂ, ਮੈਂ ਅੱਖਾਂ ਨਾਲ ਦੇਖੇ, ਜਿਹੜੇ ਥੱਲੇ ਭੋਜਨ ਛੱਕ ਕੇ ਗੱਡੀ 'ਚ ਬਹਿੰਦੇ ਅਤੇ ਚਲੇ ਜਾਂਦੇ ਨੇ, ਉਹਨਾਂ ਨੇ ਕਦੇ ਹਾਲ ਦੇਖਿਆ ਨਹੀਂ ਕੀਰਤਨ ਦਾ। ਕਿਹੋ ਜਿਹੀ ਬਿਰਤੀ ਹੈ, ਮਨੋ ਬਿਰਤੀ ਕਿਹੋ ਜਿਹੀ, ਮੈਂ ਇੰਨਾ ਕੀ ਕਰਨਾ ਕਹਿਣਾ ਆਪ ਜੀ ਨੂੰ। ਭੈ ਤੇ ਭਾਉ ਉੱਡ ਗਏ, ਗੁਰੂ ਦਾ ਕੋਈ ਭੈ ਨਹੀਂ, ਭਾਉ ਕੋਈ ਨਹੀਂ, ਸਤਿਕਾਰ ਕੋਈ ਨਹੀਂ ਸਤਿਗੁਰ ਦਾ, ਵੀ ਚਲੋ ਜਾਂਦੇ ਜਾਂਦੇ
ਨਮਸਕਾਰ ਹੀ ਕਰ ਚੱਲੋ। ਇਹ ਪਤਾ ਕੀ ਸੋਚਦਾ, ਮਨ ਨੂੰ ਧਾਰਮਿਕ ਗ੍ਰੰਥਾਂ ਨੇ ਅਸਤਰ ਕਿਹਾ। ਆ ਕਿਰਪਾ ਕਰਿਓ, ਸਮਾਂ ਹੋ ਗਿਆ, ਦੋ ਮਿੰਟ ਬਾਕੀ ਨੇ। ਕਹਿੰਦੇ ਨੇ ਪੇਟ ਪਾੜ ਕੇ ਇਹ ਅਸਤਰ ਨਿਕਲਦਾ, ਖਚਰਾ, ਉਹਨੂੰ ਖਚਰਾ ਕਹਿੰਦੇ ਨੇ। ਕਹਿੰਦੇ ਸਿੱਧਾ ਪਹਾੜ 'ਤੇ ਚੜ੍ਹ ਜਾਂਦਾ, ਭਾਰ ਲੈ ਕੇ ਬਹੁਤ ਪਹਾੜ 'ਤੇ ਚੜ੍ਹ ਜਾਂਦਾ। ਅਤੇ ਕਈ ਵਾਰੀ ਕਿਸੇ ਬੰਦੇ ਨੂੰ ਵੀ ਅਸੀਂ ਕਹਿ ਦਿੱਤਾ, ਜਦੋਂ ਬਹੁਤਾ ਸ਼ੈਤਾਨ ਹੋਵੇ, ਕਹਿੰਦੇ ਇਹ ਬੜਾ ਖਚਰਾ ਆ। ਕਹਿੰਦੇ ਖਚਰਾ ਕਰਕੇ ਭਾਰ ਜ਼ਿਆਦਾ ਚੱਕੀ ਫਿਰਦਾ, ਆਖੋ ਸਤਨਾਮ ਵਾਹਿਗੁਰੂ। ਪਾਤਸ਼ਾਹ ਕਹਿੰਦੇ ਭੋਲੇ ਭਾਏ ਮਿਲੇ ਰਘੂ ਰਾਇਆ, ਹਰ ਮੇਲ ਲਿਹੋ ਵਡਿਆਈ। ਦਾਤਾ ਤੁਹਾਡੀ ਵਡਿਆਈ ਆ, ਔਗ ਨਾ ਚਿਤਾਰਿਓ ਦਾਤਾ, ਕਿਤੇ ਮਿਲਾਪ ਹੋ ਜਾਏ, ਗੁਰੂ ਕਿਰਪਾ ਕਰੇ। ਧੰਨਵਾਦੀ ਹਾਂ ਚਾਨਾ ਜੀ ਦੇ, ਹੋਰ ਸਾਰੇ ਪ੍ਰਬੰਧਕ ਸੱਜਣਾ ਦੇ। ਧੰਨਵਾਦੀ ਹਾਂ ਸਮੂਹ ਸਾਧ ਸੰਗਤ ਜੀ ਦੇ, ਬੜੀ ਵੱਡੀ ਗਿਣਤੀ ਵਿੱਚ ਆਪ ਜੀ ਪਹੁੰਚਦੇ। ਦੋ ਦਿਨ ਬਾਕੀ ਰਹਿ ਗਏ, ਉਸਦਾ ਵੀ ਲਾਹਾ ਲਈਏ। ਆਓ ਫਤਿਹ ਸਾਂਝੀ ਕਰਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।